ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਜੋ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਬੜੇ ਧੂਮਧਾਮ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ, ਇਸੇ ਤਰੀਕੇ ਨਾਲ ਫਰੀਦਕੋਟ ਵਿੱਚ ਵੀ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਲੰਗਰ ਲੱਗਦੇ ਹਨ, ਜਗ੍ਹਾ ਜਗ੍ਹਾ ਸਟਾਲ ਲੱਗਦੇ ਹਨ, ਔਰ ਇਹ ਅਪੀਲ ਕੀਤੀ ਜਾ ਰਹੀ ਹੈ ਸੀਲ ਸੁਸਾਇਟੀ ਵੱਲੋਂ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਵੱਲੋਂ ਪੁਰਜ਼ੋਰ ਅਪੀਲ ਔਰ ਬੇਨਤੀ ਕੀਤੀ ਜਾਂਦੀ ਹੈ, ਜੋ ਵੀ ਲੰਗਰ ਲਾਉਣਗੇ ਉੱਥੇ ਡਿਸਪੋਜ਼ੇਬਲ ਆਈਟਮ ਕੋਈ ਵੀ ਇਸਤੇਮਾਲ ਨਹੀਂ ਹੋਏਗੀ, ਜਿਵੇਂ ਕੌਲੀਆਂ, ਡਿਸਪੋਜ਼ੇਬਲ ਗਲਾਸ, ਇਸ 'ਚ ਡਿਸਪੋਜ਼ੇਬਲ ਚਮਚੇ, ਕੋਈ ਵੀ ਚੀਜ਼ ਇਸਤੇਮਾਲ ਨਹੀਂ ਕਰਨੀ ਹੈ। ਸਟੀਲ ਦੇ ਬਰਤਨ ਜੋ ਵਾਰ ਵਾਰ ਧੋ ਕੇ ਸਵੱਛ ਕਰਕੇ ਸਾਬਣ ਨਾਲ ਧੋ ਕੇ ਉਹ ਇਸਤੇਮਾਲ ਕਰਨੇ ਹੈ, ਜਾਂ ਇਹਨਾਂ ਦੀ ਜਗ੍ਹਾ ਪੱਤਲ ਇਸਤੇਮਾਲ ਕਰਨੇ ਹੈ, ਇਹ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਮਾਨਯੋਗ ਡੀਸੀ ਸਾਹਿਬ ਵੱਲੋਂ ਔਰ SSP ਸਾਹਿਬ ਵੱਲੋਂ ਵੀ ਟੀਮਾਂ ਛੱਡੀਆਂ ਜਾਣਗੀਆਂ, ਔਰ ਨਾਲ ਦੀ ਨਾਲ ਹੀ ਜੋ ਵੀ DJ ਦਾ ਪ੍ਰੋਗਰਾਮ ਕਰਦੇ ਹਨ ਸਾਰੇ ਸਟਾਲਾਂ 'ਤੇ, ਉਹ 0.5 ਤੋਂ ਘੱਟ ਆਵਾਜ਼ ਰੱਖਣੀ ਹੈ। ਜਿਸ ਦੀ ਇਸ ਤੋਂ ਵੱਧਗੀ ਤਾਂ ਇਹ ਇੱਕ ਸਪੈਸ਼ਲ ਟੀਮ ਹੈ, ਉਹ DJ ਨੂੰ ਕਲੋਜ਼ ਕਰਕੇ ਗੱਡੀਆਂ 'ਚ ਲੱਦ ਕੇ ਸਿੱਧਾ ਠਾਣੇ ਲੈ ਜਾਏਗੀ। ਇਹ ਆਪ ਜੀ ਨੂੰ ਪੁਰਜ਼ੋਰ ਅਪੀਲ ਹੈ। ਜੋ ਆਪ DJ ਲਗਾਉਂਦੇ ਹੋ ਨੇੜੇ ਵਾਲੀ ਦੁਕਾਨ ਨੂੰ ਨਹੀਂ ਸੁਣਦਾ, ਔਰ ਘੱਟੋ ਘੱਟ ਤੁਹਾਨੂੰ ਤਾਂ ਤੁਹਾਡੀ ਆਵਾਜ਼ ਸੁਣਨੀ ਚਾਹੀਦੀ ਹੈ, ਤੁਹਾਡੀ ਆਵਾਜ਼ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਇਹ 2-3 ਚੀਜ਼ਾਂ 'ਤੇ ਖਿਆਲ ਕਰਨਾ ਹੈ। ਜਿੱਥੇ ਵੀ ਲੰਗਰ ਲੱਗੇਗਾ ਗੰਦ ਨਹੀਂ ਪਾਉਣਾ ਹੈ, ਗੰਦਗੀ ਨਹੀਂ ਖਿਲਾਰਨੀ ਹੈ। ਉੱਥੇ ਬੜੇ ਬੜੇ ਡਰੰਮ ਰੱਖੋ ਔਰ ਉਹ ਟਰਾਲੀ ਵਿੱਚ ਲੱਦ ਕੇ ਉਹਨੂੰ ਡਿਸਪੋਜ਼ੇਬਲ ਜਗ੍ਹਾ 'ਤੇ ਸੁੱਟਿਆ ਜਾਵੇ। ਫਿਰ ਦੁਬਾਰਾ ਅਪੀਲ ਹੈ, ਡਿਸਪੋਜ਼ੇਬਲ ਗਲਾਸ, ਡਿਸਪੋਜ਼ੇਬਲ ਪਲੇਟਾਂ, ਚਮਚੇ ਇਸਤੇਮਾਲ ਨਹੀਂ ਕਰਨੇ। ਸਟੀਲ ਦੇ ਬਰਤਨ ਇਸਤੇਮਾਲ ਕਰਨੇ ਹੈ ਜਾਂ ਪੱਤਲ ਇਸਤੇਮਾਲ ਕਰਨੇ ਹੈ। ਸੀਲ ਸੁਸਾਇਟੀ ਔਰ ਲੰਗਰ ਮਾਤਾ ਖੀਵੀ ਜੀ ਦੀਆਂ ਟੀਮਾਂ ਵੱਲੋਂ ਇਹ ਆਪ ਸਭ ਨੂੰ ਬਹੁਤ ਪੁਰਜ਼ੋਰ ਅਪੀਲ ਹੈ। ਬਹੁਤ ਬਹੁਤ ਧੰਨਵਾਦ। ਜੋ ਵੀ ਇਸ ਉੱਤੇ ਗੌਰ ਕਰੇਗਾ, ਜੋ ਵੀ ਟੀਮ ਗੌਰ ਕਰੇਗੀ, ਇਸ ਦੀ ਇੰਸਪੈਕਸ਼ਨ ਹੋਏਗੀ, ਜੋ ਇਸ 'ਤੇ ਪੂਰਾ ਗੌਰ ਕਰੇਗੀ ਉਹਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ। ਸੋ ਇਸ ਕਰਕੇ ਆਪਦਾ ਸਨਮਾਨ ਲੈਣ ਵਾਸਤੇ ਸਵੱਛ ਏਰੀਆ ਰੱਖਣਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧਾਈਆਂ ਪ੍ਰਵਾਨ ਕਰਨਾ ਜੀ। ਧੰਨਵਾਦ।